ਸਤਿ ਸ੍ਰੀ ਅਕਾਲ ਜੀ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਰਪ੍ਰੀਤ ਸਿੰਘ ਗੱਲ ਇੱਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ। ਉੱਤਰ ਪ੍ਰਦੇਸ਼ ਦੇ ਦੌਰੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਲਕੀ ਧਾਮ ਮੰਦਿਰ ਦਾ ਭੂਮੀ ਪੂਜਨ ਕੀਤਾ ਅਤੇ ਰੱਖਿਆ ਨੀਂਹ ਪੱਥਰ। ਅੱਜ ਵੀ ਈਡੀ ਸਾਹਮਣੇ ਪੇਸ਼ ਨਹੀਂ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ। ਈਡੀ ਦੇ ਸੰਮਨਾਂ ਨੂੰ ਦੱਸਿਆ ਗੈਰ ਕਾਨੂੰਨੀ। ਆਮ ਆਦਮੀ ਪਾਰਟੀ ਨੇ ਕਿਹਾ ਮਾਮਲਾ ਕੋਰਟ ਵਿੱਚ ਸੰਮਨ ਭੇਜਣ ਤੋਂ ਪਹਿਲਾਂ ਅਦਾਲਤੀ ਫੈਸਲੇ ਦੀ ਉਡੀਕ ਕਰੇ ਈਡੀ। ਕਿਸਾਨ ਆਗੂਆਂ ਵੱਲੋਂ ਖਨੌਰੀ ਬਾਰਡਰ ਉੱਤੇ ਅਹਿਮ ਬੈਠਕ। ਕੇਂਦਰ ਸਰਕਾਰ ਦੇ ਪ੍ਰਸਤਾਵ ਉੱਤੇ ਚਰਚਾ ਕਰ ਰਹੇ ਨੇ ਕਿਸਾਨ। ਸਰਵਣ ਸਿੰਘ ਪੰਧੇਰ ਨੇ ਕਿਹਾ ਦਿੱਲੀ ਕੂਚ ਦਾ ਫੈਸਲਾ ਫਿਲਹਾਲ ਬਰਕਰਾਰ। ਤੇ ਹੁਣ ਖਬਰਾਂ ਵਿਸਤਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤਰ ਪ੍ਰਦੇਸ਼ ਦੇ ਦੌਰੇ ਤੇ ਨੇ। ਉਹ ਕਲਕੀ ਧਾਮ ਮੰਦਿਰ ਦੇ ਨੀਂਹ ਪੱਥਰ ਸਮਾਗਮ ਵਿੱਚ ਸ਼ਾਮਲ ਹੋਣ ਲਈ ਸਵੇਰੇ ਸੰਭਲ ਪਹੁੰਚੇ। ਸ੍ਰੀ ਕਲਕੀ ਧਾਮ ਮੰਦਿਰ ਨਿਰਮਾਣ ਟਰੱਸਟ ਦੇ ਪ੍ਰਧਾਨ ਆਚਾਰੀਆ ਪ੍ਰਮੋਦ ਕ੍ਰਿਸ਼ਨਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕੀਤਾ। ਵੈਦਿਕ ਮੰਤਰ ਉਚਾਰਨ ਦਰਮਿਆਨ ਪ੍ਰਧਾਨ ਮੰਤਰੀ ਮੋਦੀ ਨੇ ਕਲਕੀ ਧਾਮ ਮੰਦਿਰ ਦਾ ਭੂਮੀ ਪੂਜਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਮੋਦੀ ਨੇ ਮੰਦਿਰ ਦੇ ਨੀਂਹ ਪੱਥਰ ਸਮਾਰੋਹ ਦੌਰਾਨ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਯੂਪੀ ਦੀ ਧਰਤੀ ਤੋਂ ਭਗਤੀ ਭਾਵ ਅਤੇ ਅਧਿਆਤਮਿਕਤਾ ਦੀ ਇੱਕ ਹੋਰ ਧਾਰਾ ਪ੍ਰਵਾਹਿਤ ਹੋਈ ਹੈ। ਅੱਜ ਸੰਤਾਂ ਦੀ ਸਾਧਨਾ ਅਤੇ ਲੋਕਾਂ ਦੀ ਭਾਵਨਾ ਨਾਲ ਇੱਕ ਹੋਰ ਪਵਿੱਤਰ ਧਾਮ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਨੇ ਦੇਸ਼ ਦੇ ਅਯੁੱਧਿਆ ਵਿੱਚ 500 ਸਾਲ ਦੀ ਉਡੀਕ ਨੂੰ ਪੂਰਾ ਹੁੰਦਾ ਵੇਖਿਆ। ਇਸ ਦਰਮਿਆਨ ਅਸੀਂ ਦੇਸ਼ ਤੋਂ ਸੈਂਕੜੇ ਕਿਲੋਮੀਟਰ ਦੂਰ ਅਰਬ ਦੀ ਧਰਤੀ ਉੱਤੇ ਆਬੂ ਧਾਬੀ ਵਿੱਚ ਪਹਿਲੇ ਵਿਸ਼ਾਲ ਮੰਦਿਰ ਦਾ ਉਦਘਾਟਨ ਵੀ ਵੇਖਿਆ ਸੀ। ਚੰਡੀਗੜ੍ਹ ਮੇਅਰ ਚੋਣ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਦੂਜੀ ਵਾਰ ਸੁਣਵਾਈ ਹੋਈ, ਜਿਸ ਦੌਰਾਨ ਸੁਪਰੀਮ ਕੋਰਟ ਨੇ ਪ੍ਰਿਜ਼ਾਈਡਿੰਗ ਅਧਿਕਾਰੀ ਨੂੰ ਝੜ ਪਾਈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਮੇਅਰ ਮਨੋਜ ਸੋਨਕਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਇਸ ਨਾਲ ਸਾਰਾ ਸੱਚ ਸਾਹਮਣੇ ਆ ਗਿਆ। ਉਨ੍ਹਾਂ ਇਹ ਵੀ ਕਿਹਾ ਸੀ ਕਿ ਉਨ੍ਹਾਂ ਨੇ ਧਾਂਦਲੀ ਕੀਤੀ ਸੀ, ਇਸ ਤਰ੍ਹਾਂ ਜਨਤੰਤਰ ਕਿਵੇਂ ਚੱਲੇਗਾ। ਇਹ ਤਾਂ ਦਿਖਾਤਾ ਹੀ ਹੈ ਕਿ ਕਿਆ ਕਰ ਰਹੀ ਹੈ ਬੀਜੇਪੀ ਚੁਣਾਵ ਕੈਸੇ। ਜਬ ਉਨ੍ਹਾਂ ਨੇ ਉਨਕੇ ਮੇਅਰ ਨੇ ਕੱਲ ਇਸਤੀਫਾ ਦੇ ਦਿਆ, ਇਹ ਜ਼ਾਹਿਰ ਹੈ ਕਿ ਉਨਕਾ ਉਨ੍ਹਾਂ ਨੇ ਗਲਤ ਕਾਮ ਕੀਆ ਥਾ, ਗਲਤ ਤਰੀਕੇ ਸੇ ਉਨਕਾ ਮੇਅਰ ਬਣਾ ਥਾ। ਉਨ੍ਹਾਂ ਨੇ ਚੁਣਾਵ ਮੇਂ ਧਾਂਦਲੀ ਕੀ ਥੀ, ਐਸੇ ਹੀ ਚੁਣਾਵ ਮੇਂ ਧਾਂਦਲੀ ਕਰਕੇ ਜੀਤੇ ਹੈ ਔਰ ਫਿਰ ਅਗਰ ਜੀਤ ਨਾ ਪਾਏ ਤੋ ਲੋਗੋਂ ਕੋ ਖਰੀਦ ਲੇਤੇ ਹੈ, ਐਸੇ ਜਨਤੰਤਰ ਕੈਸੇ ਚਲੇਗਾ। ਅਗਰ ਹਾਰ ਗਏ ਤੋ ਯਾਰ ਦੂਸਰੋ ਕੋ ਵੀ ਸਰਕਾਰ ਚਲਾਨੇ ਦੋ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਵੀ ਇਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਕਿ ਈਡੀ ਦੇ ਸਾਹਮਣੇ ਪੇਸ਼ ਨਹੀਂ ਹੋਏ। 6ਵੀਂ ਵਾਰ ਹੈ ਜਦੋਂ ਦਿੱਲੀ ਦੇ ਮੁੱਖ ਮੰਤਰੀ ਕੇਂਦਰੀ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਨਹੀਂ ਹੋਏ। ਉਧਰ ਅੱਜ ਆਮ ਆਦਮੀ ਪਾਰਟੀ ਨੇ ਈਡੀ ਦੇ ਨੋਟਿਸ ਨੂੰ ਗੈਰ ਕਾਨੂੰਨੀ ਦੱਸਿਆ ਤੇ ਇਹ ਵੀ ਕਿਹਾ ਕਿ ਉਹ ਹੁਣ ਕੋਰਟ ਦੇ ਹੁਕਮ ਦੀ ਉਡੀਕ ਕਰਨਗੇ ਕਿਉਂਕਿ ਮਾਮਲਾ ਕੋਰਟ ਦੇ ਵਿਚਾਰ ਅਧੀਨ ਹੈ। ਆਮ ਆਦਮੀ ਪਾਰਟੀ ਨੇ ਕਿਹਾ ਕਿ ਕੇਜਰੀਵਾਲ ਨੂੰ ਵਾਰ ਵਾਰ ਸੰਮਨ ਭੇਜਣ ਦੀ ਬਜਾਏ ਈਡੀ ਨੂੰ ਵੀ ਅਦਾਲਤ ਦੇ ਫੈਸਲੇ ਦੀ ਉਡੀਕ ਕਰਨੀ ਚਾਹੀਦੀ ਹੈ। ਦੱਸ ਦਈਏ ਕਿ ਈਡੀ ਨੇ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਕੇਜਰੀਵਾਲ ਨੂੰ ਕਈ ਵਾਰ ਸੰਮਨ ਜਾਰੀ ਕੀਤੇ ਸਨ ਪਰ ਉਹ ਪੇਸ਼ ਨਹੀਂ ਹੋਏ, ਜਿਸ ਤੋਂ ਬਾਅਦ ਈਡੀ ਨੇ ਕੋਰਟ ਵਿੱਚ ਇਸ ਦੀ ਸ਼ਿਕਾਇਤ ਦਰਜ ਕਰਵਾਈ ਸੀ। ਈਡੀ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਸੀ ਕਿ ਦਿੱਲੀ ਦੇ ਮੁੱਖ ਮੰਤਰੀ ਜਾਣ ਬੁੱਝ ਕੇ ਸੰਮਨਾਂ ਤੋਂ ਬਚਣਾ ਚਾਹੁੰਦੇ ਨੇ ਅਤੇ ਬੇਵਜ੍ਹਾ ਦੇ ਬਹਾਨੇ ਘੜਦੇ ਰਹਿੰਦੇ ਨੇ। ਕਿਸਾਨ ਆਗੂ ਅੱਜ ਕੇਂਦਰ ਸਰਕਾਰ ਦੇ ਪ੍ਰਸਤਾਵ ਉੱਪਰ ਮੰਥਨ ਕਰਨ ਲਈ ਖਨੌਰੀ ਬਾਰਡਰ ਉੱਤੇ ਅਹਿਮ ਬੈਠਕ ਕਰ ਰਹੇ ਨੇ। ਕਿਸਾਨ ਜਥੇਬੰਦੀਆਂ ਆਪਸੀ ਮੀਟਿੰਗਾਂ ਤੋਂ ਇਲਾਵਾ ਖੇਤੀ ਮਾਹਰਾਂ ਦੀ ਰਾਏ ਵੀ ਲੈ ਰਹੀਆਂ ਨੇ। ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੇ ਪ੍ਰਸਤਾਵ ਨੂੰ ਹਰ ਪੱਖ ਤੋਂ ਵਾਚਿਆ ਜਾ ਰਿਹਾ, ਇਸ ਤੋਂ ਬਾਅਦ ਸਾਰਿਆਂ ਦੀ ਸਹਿਮਤੀ ਨਾਲ ਹੀ ਕੋਈ ਫੈਸਲਾ ਲਿਆ ਜਾਵੇਗਾ। ਦੂਜੇ ਪਾਸੇ ਕਿਸਾਨ ਦਿੱਲੀ ਕੂਚ ਦੀਆਂ ਤਿਆਰੀਆਂ ਜਾਰੀ ਰੱਖ ਰਹੇ ਨੇ। ਦਰਅਸਲ ਐਤਵਾਰ ਨੂੰ ਚੰਡੀਗੜ੍ਹ ਵਿੱਚ ਹੋਈ ਚੌਥੀ ਮੀਟਿੰਗ ਵਿੱਚ ਕੇਂਦਰ ਸਰਕਾਰ ਵੱਲੋਂ ਅੰਦੋਲਨ ਕਰ ਰਹੇ ਕਿਸਾਨਾਂ ਦੇ ਸਾਹਮਣੇ ਇੱਕ ਪ੍ਰਸਤਾਵ ਰੱਖਿਆ ਗਿਆ ਸੀ। ਇਸ ਪ੍ਰਸਤਾਵ ਮੁਤਾਬਕ ਸਰਕਾਰ 4 ਫਸਲਾਂ ਘੱਟੋ ਘੱਟ ਸਮਰਥਨ ਮੁੱਲ ਉੱਤੇ ਖਰੀਦੇਗੀ ਪਰ ਇਸ ਲਈ 5 ਸਾਲ ਦਾ ਕੰਟਰੈਕਟ ਕਰਨਾ ਪਵੇਗਾ। ਹੁਣ ਕਿਸਾਨ ਆਗੂ ਇਸ ਬਾਰੇ ਮੰਥਨ ਕਰ ਰਹੇ ਨੇ। ਕਿਸਾਨ ਇਸ ਬਾਰੇ ਸੁਝਾਅ ਲੈ ਰਹੇ ਨੇ
ਕਿ ਇਸ ਤਜਵੀਜ਼ ਨੂੰ ਅਪਣਾਉਣ ਤੋਂ ਬਾਅਦ ਭਵਿੱਖ ਵਿੱਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਕਿਸਾਨ ਲੀਡਰਾਂ ਦਾ ਕਹਿਣਾ ਕਿ ਇਹ ਨਿਯਮ ਪੂਰੇ ਦੇਸ਼ ਵਿੱਚ ਲਾਗੂ ਹੋਣੇ ਚਾਹੀਦੇ ਨੇ, ਅਜਿਹੇ ਵਿੱਚ ਕਿਸੇ ਤਰ੍ਹਾਂ ਦੀ ਲਾਪਰਵਾਹੀ ਨਹੀਂ ਕੀਤੀ ਜਾ ਸਕਦੀ, ਇਸ ਲਈ ਇਸ ਪ੍ਰਸਤਾਵ ਨੂੰ ਹਰ ਪੱਖ ਤੋਂ ਘੋਖਿਆ ਜਾ ਰਿਹਾ ਹੈ। ਕਿਸਾਨ ਲੀਡਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅਸੀਂ ਅੱਜ ਤੇ ਭਲਕੇ ਸਰਕਾਰ ਦੀ ਤਜਵੀਜ਼ ਉੱਤੇ ਵਿਚਾਰ ਕਰਾਂਗੇ, ਇਸ ਦੇ ਨਾਲ ਹੀ ਸਰਕਾਰ ਹੋਰ ਮੰਗਾਂ ਉੱਤੇ ਵੀ ਵਿਚਾਰ ਕਰੇਗੀ। ਉਹਨਾਂ ਕਿਹਾ ਕਿ ਜੇਕਰ ਕੋਈ ਨਤੀਜਾ ਨਾ ਨਿਕਲੇ ਤਾਂ 21 ਫਰਵਰੀ ਨੂੰ ਦਿੱਲੀ ਚਲੋ ਮਾਰਚ ਜਾਰੀ ਰਹੇਗਾ। ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਅੰਦੋਲਨ ਦੇ ਬਾਰੇ ਵੱਡਾ ਬਿਆਨ ਦਿੱਤਾ। ਉਹਨਾਂ ਆਖਿਆ ਕਿ ਉਹ ਕਿਸਾਨਾਂ ਦੀਆਂ ਮੰਗਾਂ ਬਾਰੇ ਆਪਣੇ ਪਹਿਲੇ ਸਟੈਂਡ ਉੱਤੇ ਕਾਇਮ ਨੇ, ਉਹ ਭਾਵੇਂ ਭਾਜਪਾ ਵਿੱਚ ਨੇ ਪਰ ਉਹ ਕਿਸਾਨਾਂ ਬਾਰੇ ਅੱਜ ਵੀ ਆਪਣੇ ਪਹਿਲੇ ਸਟੈਂਡ ਉੱਤੇ ਨੇ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਪੂਰਾ ਹੱਕ ਹੈ ਕਿ ਉਹ ਦਿੱਲੀ ਵਿੱਚ ਜਾ ਕੇ ਸ਼ਾਂਤਮਈ ਤਰੀਕੇ ਨਾਲ ਆਪਣਾ ਪੱਖ ਰੱਖ ਸਕਣ। ਉਹਨਾਂ ਇਹ ਵੀ ਕਿਹਾ ਕਿ ਸਰਕਾਰ ਦੀ ਕਿਸਾਨਾਂ ਨਾਲ ਗੱਲ ਚੱਲ ਰਹੀ ਹੈ, ਮੀਟਿੰਗਾਂ ਦਾ ਦੌਰ ਜਾਰੀ ਹੈ ਅਤੇ ਮਸਲੇ ਦਾ ਹੱਲ ਕੱਢਿਆ ਜਾਵੇਗਾ। ਉਹਨਾਂ ਕਿਹਾ ਕਿ ਉਹ ਇਹਨਾਂ ਮਸਲਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅੱਜ ਮੁਲਾਕਾਤ ਕਰ ਰਹੇ ਨੇ, ਜਿਸ ਵਿੱਚ ਪੰਜਾਬ ਦੇ ਮਸਲੇ ਰੱਖੇ ਜਾਣਗੇ। ਹਲਕਾ ਵਿਧਾਇਕ ਹਰਗੋਬਿੰਦਪੁਰ ਅਮਰਪਾਲ ਸਿੰਘ ਕਿਸ਼ਨਕੋਟ ਕਿਸਾਨ ਅੰਦੋਲਨ ਦੌਰਾਨ ਸ਼ੰਭੂ ਬਾਰਡਰ ਉੱਤੇ ਬੀਤੇ ਦਿਨੀ ਸ਼ਹੀਦ ਹੋਏ ਕਿਸਾਨ ਗਿਆਨ ਸਿੰਘ ਦੇ ਗ੍ਰਹਿ ਚਾਚੋਕੇ ਵਿਖੇ ਪੀੜਤ ਪਰਿਵਾਰ ਨਾਲ ਅਫਸੋਸ ਕਰਨ ਲਈ ਪਹੁੰਚੇ। ਵਿਧਾਇਕ ਹਰਗੋਬਿੰਦਪੁਰ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਨੇ ਜਿੱਥੇ ਪਰਿਵਾਰ ਨਾਲ ਅਫਸੋਸ ਪ੍ਰਗਟ ਕੀਤਾ, ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ਹੀਦ ਗਿਆਨ ਸਿੰਘ ਦੇ ਪਰਿਵਾਰ ਨੂੰ ਸਰਕਾਰ ਵੱਲੋਂ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਅਤੇ ਸ਼ਹੀਦ ਗਿਆਨ ਸਿੰਘ ਦੇ ਨਾਮ ਉੱਤੇ ਯਾਦਗਾਰੀ ਗੇਟ ਬਣਾਉਣ ਦਾ ਐਲਾਨ ਕੀਤਾ। ਇਸ ਮੌਕੇ ਸਰਪੰਚ ਜਗਦੀਸ਼ ਸਿੰਘ ਚਾਚੋਕੇ, ਕਰਮਜੀਤ ਸਿੰਘ ਪੱਡਾ, ਦਲਵੀਰ ਸਿੰਘ ਚਾਚੋਕੇ ਅਤੇ ਸ਼ਹੀਦ ਕਿਸਾਨ ਗਿਆਨ ਸਿੰਘ ਦੇ ਭਤੀਜੇ ਕਸ਼ਮੀਰ ਸਿੰਘ ਸਮੇਤ ਪਰਿਵਾਰਕ ਮੈਂਬਰ ਹਾਜ਼ਰ ਸਨ। ਸਰਦਾਰ ਗਿਆਨ ਸਿੰਘ ਜੀ ਇੱਕ ਆਪਣੇ ਆਪ 'ਚ ਸੋਚ ਸਨ, ਜਿਨ੍ਹਾਂ ਦੀ ਸੋਚ ਸਦਕਾ ਹਮੇਸ਼ਾ ਪਿੰਡ ਤੋਂ ਔਰ ਆਸ ਪਾਸ ਤੋਂ ਕਿਸਾਨ ਵੀਰ ਜਿਹੜੇ ਸਨ ਉਹ ਸੰਘਰਸ਼ ਵਿੱਚ ਹਿੱਸਾ ਲੈਂਦੇ ਸਨ। ਸਰਦਾਰ ਗਿਆਨ ਸਿੰਘ ਜੀ ਦੀ ਮੌਤ ਇੱਕ ਅਜਿਹੀ ਹਾਲਾਤ ਵਿੱਚ ਹੋਈ ਜਿਨ੍ਹਾਂ ਨੂੰ ਅਸੀਂ ਸ਼ਹਾਦਤ ਕਹਿ ਸਕਦੇ ਹਾਂ। ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ ਇਸ ਅੰਦੋਲਨ ਦੇ ਵਿੱਚ, ਕਿਉਂਕਿ ਸੈਂਟਰਲ ਗੌਰਮੈਂਟ ਵੱਲੋਂ ਜੋ ਅੱਤਿਆਚਾਰ ਕੀਤਾ ਜਾ ਰਿਹਾ ਹੈ ਉਸ ਅੱਤਿਆਚਾਰ ਦੇ ਖਿਲਾਫ਼ ਕਿਸਾਨ ਧਰਨੇ 'ਤੇ ਬੈਠੇ ਹੋਏ ਨੇ। ਉਹਨਾਂ ਦੀਆਂ ਮੰਗਾਂ ਜੋ ਕਿ ਸੈਂਟਰਲ ਗੌਰਮੈਂਟ ਨੇ ਪਹਿਲੇ ਅੰਦੋਲਨ 'ਚ ਮੰਨੀਆਂ ਸਨ ਉਹ ਪੂਰੀਆਂ ਨਾ ਕਰਨ ਕਰਕੇ ਕਿਸਾਨ ਜਿਹੜੇ ਆ ਉਹ ਐਜੀਟੇਸ਼ਨ ਕਰ ਰਹੇ ਨੇ। ਪਰਿਵਾਰ ਨੂੰ ਕੀ ਜਿਹੜੀ ਸਰਕਾਰ ਵੱਲੋਂ ਸਹਾਇਤਾ ਜਿਹੜੀ ਆ ਉਹ ਦਿੱਤੀ ਗਈ ਹੈ ਅਤੇ ਤੁਹਾਡੇ ਵੱਲੋਂ ਤੁਸੀਂ ਹਲਕੇ ਦੇ ਵਿਧਾਇਕ ਜੇ ਤੁਸੀਂ ਪਰਿਵਾਰ ਲਈ ਜਿਹੜਾ ਉਹ ਕੀ ਕਰ ਰਹੇ? ਪਰਿਵਾਰ ਨੂੰ ਸਰਕਾਰ ਵੱਲੋਂ 5 ਲੱਖ ਰੁਪਏ ਦੀ ਜਿਹੜੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਆ ਔਰ ਮੈਂ ਆਪਣੇ ਵੱਲੋਂ ਸਰਦਾਰ ਗਿਆਨ ਸਿੰਘ ਜੀ ਯਾਦਗਾਰ ਦੇ ਵਿੱਚ ਗੇਟ ਬਣਾਵਾਂਗਾ ਜੋ ਕਿ ਪਿੰਡ ਦੀ ਐਂਟਰੀ 'ਤੇ ਹੋਏਗਾ। ਉਹ ਜਿਹੜਾ ਰਸਤੇ ਦਾ ਨਾਮ ਜਿਹੜਾ ਆ ਗਿਆਨ ਸਿੰਘ ਮਾਰਗ ਹੋਏਗਾ, ਇਹ ਮੈਂ ਆਪਣੇ ਨਾਲ ਅਨਾਊਂਸ ਕਰਦਾ ਔਰ ਜਲਦੀ ਤੋਂ ਜਲਦੀ ਇਹਦਾ ਕੰਮ ਸ਼ੁਰੂ ਕਰਵਾਵਾਂਗਾ। ਪਰਿਵਾਰ ਦੀ ਹੋਰ ਵੀ ਡਿਮਾਂਡ ਆ ਕਿ ਪਰਿਵਾਰ ਦੇ ਇੱਕ ਮੈਂਬਰ ਨੂੰ ਜਿਹੜੀ ਸਰਕਾਰੀ ਨੌਕਰੀ ਕਿਸਾਨ ਜਥੇਬੰਦੀਆਂ ਨੇ ਵੀ ਕਿਹਾ, ਉਹਦੇ ਬਾਰੇ ਸਰਕਾਰ ਨੇ ਕੋਈ ਫੈਸਲਾ ਕੀਤਾ ਜੀ? ਇਸ 'ਤੇ ਗੱਲ ਚੱਲਦੀ ਪਈ ਆ, ਜਲਦ ਤੋਂ ਜਲਦ ਜਿਹੜਾ ਫੈਸਲਾ ਉਹ ਸਰਦਾਰ ਭਗਵੰਤ ਸਿੰਘ ਜੀ ਮਾਨ ਸੀਐਮ ਪੰਜਾਬ ਉਹ ਲੈਣਗੇ ਔਰ ਸਾਰਿਆਂ ਦੇ ਸਾਹਮਣੇ ਦੱਸਿਆ ਜਾਏਗਾ। ਚੰਡੀਗੜ੍ਹ ਪੁਲਿਸ ਵੱਲੋਂ ਵਕੀਲਾਂ ਨਾਲ ਕੀਤੇ ਗਏ ਦੁਰਵਿਵਹਾਰ ਦੇ ਵਿਰੋਧ ਵਿੱਚ ਹਾਈਕੋਰਟ ਦੀ ਬਾਰ ਐਸੋਸੀਏਸ਼ਨ ਵੱਲੋਂ ਦਿੱਤੀ ਕਾਲ ਉੱਤੇ ਫਤਿਹਗੜ੍ਹ ਸਾਹਿਬ ਬਾਰ ਐਸੋਸੀਏਸ਼ਨ ਵੱਲੋਂ ਵੀ ਅੱਜ ਹੜਤਾਲ ਕੀਤੀ ਗਈ। ਇਸ ਮੌਕੇ ਫਤਿਹਗੜ੍ਹ ਸਾਹਿਬ ਦੀ ਬਾਰ ਕੌਂਸਲ ਦੇ ਪ੍ਰਧਾਨ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਜੋ ਵਕੀਲ ਭਾਈਚਾਰੇ ਨਾਲ ਹੋ ਰਿਹਾ ਹੈ ਉਹ ਬਹੁਤ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਹਾਈਕੋਰਟ ਬਾਰ ਐਸੋਸੀਏਸ਼ਨ ਦੀ ਕਾਲ ਉੱਤੇ ਹੜਤਾਲ ਕੀਤੀ ਗਈ ਹੈ ਜਿਸ ਦਾ ਉਹ ਸਮਰਥਨ ਕਰਦੇ ਨੇ। ਉਹਨਾਂ ਇਹ ਵੀ ਕਿਹਾ ਕਿ ਚੰਡੀਗੜ੍ਹ ਵਿੱਚ ਜੇਕਰ ਵਕੀਲ ਹੀ ਸੁਰੱਖਿਅਤ ਨਹੀਂ ਤਾਂ ਆਮ ਜਨਤਾ ਦਾ ਕੀ ਹਾਲ ਹੋਵੇਗਾ? ਡਿਸਟ੍ਰਿਕਟ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਨੇ ਜੋ ਚੰਡੀਗੜ੍ਹ ਹਾਈਕੋਰਟ ਬਾਰ ਐਸੋਸੀਏਸ਼ਨ ਵੱਲੋਂ ਕਾਲ ਆਈ ਹੈ ਉਸ ਦੇ ਸੰਬੰਧ ਦੇ ਵਿੱਚ ਅੱਜ ਨੋ ਵਰਕ ਦਾ ਜਿਹੜਾ ਡਿਸੀਜ਼ਨ ਲਿਆ ਗਿਆ ਔਰ ਫਤਿਹਗੜ੍ਹ ਸਾਹਿਬ ਬਾਰ ਇਸ ਨੂੰ
ਹੋਰ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੀ ਹੈ ਕਿ ਜਿਸ ਤਰ੍ਹਾਂ ਦਾ ਚੰਡੀਗੜ੍ਹ ਬਾਰ ਚੰਡੀਗੜ੍ਹ ਪੁਲਿਸ ਨੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਹਾਈਕੋਰਟ ਬਾਰ ਦੇ ਪ੍ਰਧਾਨ ਸਾਹਿਬ ਦੇ ਨਾਲ ਜਿਸ ਤਰ੍ਹਾਂ ਦਾ ਵਰਤਾਰਾ ਕੀਤਾ, ਮੈਂ ਇਹ ਸਮਝਦਾ ਹੈਗਾ ਕਿ ਜਦੋਂ ਕਾਨੂੰਨ ਦੇ ਗਿਆਤਾਵਾਂ ਦੇ ਨਾਲ ਇਸ ਤਰ੍ਹਾਂ ਦੇ ਮਤਲਬ ਕਾਰਵਾਈ ਕੀਤੀ ਜਾ ਸਕਦੀ ਹੈ, ਤੇ ਫਿਰ ਮੈਨੂੰ ਲੱਗਦਾ ਕਿ ਸੁਸਾਇਟੀ ਦੇ ਵਿੱਚ ਕੋਈ ਵੀ ਬੰਦਾ ਮਹਿਫੂਜ਼ ਨਹੀਂ। ਕਿਸ ਤਰੀਕੇ ਦੇ ਨਾਲ ਜਿਹੜਾ ਲੋਕਾਂ ਦੇ ਅਧਿਕਾਰਾਂ ਦਾ ਹਨਨ ਕੀਤਾ ਜਾ ਰਿਹਾ, ਇਸ ਦੀ ਹਾਈਕੋਰਟ ਬਾਰ ਐਸੋਸੀਏਸ਼ਨ ਸਾਰੇ ਪੰਜਾਬ ਹਰਿਆਣੇ ਦੇ ਵਿੱਚ ਅੱਜ 2 ਵਰਕ ਦਾ ਜਿਹੜਾ ਹੈਗਾ ਮਤਾ ਪਾਇਆ ਗਿਆ, ਔਰ ਫਤਿਹਗੜ੍ਹ ਸਾਹਿਬ ਬਾਰ ਹੈ ਜਿਹੜੀ ਇਸ ਦੀ ਹੋਰ ਸ਼ਬਦਾਂ ਦੇ ਵਿੱਚ ਨਿੰਦਾ ਕਰਦੀ ਹੈ ਕਿ ਜੇ ਚੰਡੀਗੜ੍ਹ ਪੁਲਿਸ ਜਾਂ ਹੋਰ ਪੁਲਿਸ ਵਕੀਲਾਂ ਦੇ ਖਿਲਾਫ਼ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਦੀਆਂ। ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਅਤੇ ਸੁੱਖ ਸੇਵਾ ਸਿਮਰਨ ਟਰੱਸਟ ਦੇ ਚੇਅਰਮੈਨ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੱਲੋਂ ਦੇਸ਼ ਵਿਦੇਸ਼ ਵਿੱਚ ਧਰਮ ਪ੍ਰਚਾਰ ਦੇ ਨਾਲ ਨਾਲ ਲੋਕ ਭਲਾਈ ਲਈ ਕੀਤੇ ਜਾਂਦੇ ਕਾਰਜ ਅਤਿਅੰਤ ਸ਼ਲਾਘਾਯੋਗ ਨੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਨੇ ਸੁੱਖ ਸੇਵਾ ਸਿਮਰਨ ਟਰੱਸਟ ਵੱਲੋਂ ਆਯੋਜਿਤ ਸਾਲਾਨਾ ਗੁਰਮਤਿ ਸਮਾਗਮ ਵਿੱਚ ਜੁੜੀਆਂ ਹਜ਼ਾਰਾਂ ਸਿੱਖ ਸੰਗਤ ਨੂੰ ਸੰਬੋਧਨ ਕਰਦਿਆਂ ਕੀਤਾ। ਹਰਿਆਣਾ ਦੇ ਸਿਰਸਾ ਜ਼ਿਲ੍ਹੇ ਵਿੱਚ ਸਥਿਤ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਦਾਦੂ ਸਾਹਿਬ ਵਿਖੇ ਸਾਲਾਨਾ ਗੁਰਮਤਿ ਸਮਾਗਮ ਅਤੇ 21 ਸੁਭਾਗੇ ਜੋੜਿਆਂ ਦੇ ਆਨੰਦ ਕਾਰਜ ਗੁਰਮਰਿਆਦਾ ਅਨੁਸਾਰ ਸੰਪੂਰਨ ਹੋਏ। ਸਿੰਘ ਸਾਹਿਬ ਨੇ ਕਿਹਾ ਕਿ ਜਥੇਦਾਰ ਦਾਦੂਵਾਲ ਵੱਲੋਂ ਪਿਛਲੇ 28 ਸਾਲਾਂ ਤੋਂ ਦੇਸ਼ ਵਿਦੇਸ਼ ਵਿੱਚ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਅੰਮ੍ਰਿਤ ਸੰਚਾਰ ਵੱਡੇ ਪੱਧਰ 'ਤੇ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਹਰ ਸਾਲ 21 ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਆਨੰਦ ਕਾਰਜ ਕੀਤੇ ਜਾਂਦੇ ਨੇ। ਸਾਲਾਨਾ ਗੁਰਮਤਿ ਸਮਾਗਮ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾਕਟਰ SP ਸਿੰਘ ਬਰਾਏ, ਸਰਦਾਰ ਅਜੈ ਸਿੰਘ ਜਨੇਜਾ ਫਰੀਦਾਬਾਦ, ਉਪਕਾਰ ਸਿੰਘ ਹੋਠੀ ਜਲੰਧਰ, ਜਗਤਾਰ ਸਿੰਘ ਨਹਿਲ, ਗੁਰਭੇਜ ਸਿੰਘ ਵਿਰਕ ਮੀਥਰ ਅਕੈਡਮੀ ਵਾਲਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਚੜ੍ਹਦੀ ਕਲਾ ਟਾਈਮ TV ਦੇ ਡਾਇਰੈਕਟਰ ਸਰਦਾਰ ਹਰਪ੍ਰੀਤ ਸਿੰਘ ਦਰ ਦੇ ਫਿਲਮ ਅਦਾਕਾਰ ਹਰਬੀਰ ਸਿੰਘਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਵਿੱਚ ਸੰਤਾਂ ਮਹਾਂਪੁਰਖਾਂ ਨੇ ਸੁਭਾਗੇ ਜੋੜਨ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਸਮਾਗਮ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਵੀ ਮੌਜੂਦ ਰਹੇ। ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾਦੂ ਸਾਹਿਬ ਸਿਰਸਾ ਹਰਿਆਣਾ ਵਿਖੇ ਹਰ ਸਾਲ ਸਾਲਾਨਾ ਗੁਰਮਤਿ ਸਮਾਗਮ, ਨਗਰ ਕੀਰਤਨ, ਧਾਰਮਿਕ ਦੀਵਾਨ ਸੱਜਦੇ ਔਰ 21 ਸੁਭਾਗੇ ਜੋੜਿਆਂ ਦੇ ਆਨੰਦ ਕਾਰਜ ਕੀਤੇ ਜਾਂਦੇ ਆ। ਸੁੱਖ ਸੇਵਾ ਸਿਮਰਨ ਟਰੱਸਟ, ਪੰਥਕ ਸੇਵਾ ਲਹਿਰ ਦਾਦੂ ਸਾਹਿਬ, ਜਥੇਬੰਦੀ ਨਗਰ ਨਿਵਾਸੀ, ਇਲਾਕਾ ਨਿਵਾਸੀ, ਦੇਸ਼ ਪ੍ਰਦੇਸ਼ ਦੀਆਂ ਸੰਗਤਾਂ ਦੇ ਵੱਲੋਂ ਤਨ ਮਨ ਧਨ ਦੇ ਨਾਲ ਸੇਵਾ ਕਰਕੇ ਉਪਰਾਲਾ ਕੀਤਾ ਜਾਂਦਾ। 18 ਫਰਵਰੀ 2024 ਅੱਜ 21 ਜੋੜਿਆਂ ਦੇ ਆਨੰਦ ਕਾਰਜ ਕੀਤੇ ਗਏ ਆ। ਬੇਅੰਤ ਮਹਾਂਪੁਰਸ਼ ਆਏ ਆ, ਧਾਰਮਿਕ ਰਾਜਨੀਤਿਕ ਆਗੂ ਸਾਹਿਬਾਨ, ਸਿੱਖ ਸੰਗਤਾਂ, ਮੈਂ ਸਾਰਿਆਂ ਦਾ ਧੰਨਵਾਦ ਕਰਦਾ ਦਿਲ ਦੀਆਂ ਗਹਿਰਾਈਆਂ 'ਚੋਂ। ਅਰਦਾਸ ਕਰਦਾ ਗੁਰੂ ਦੇ ਚਰਨਾਂ 'ਚ ਕਿ ਸੱਚੇ ਪਾਤਸ਼ਾਹ ਇਹਨਾਂ ਸੁਭਾਗੇ ਜੋੜਿਆਂ ਨੂੰ ਗ੍ਰਿਸਤ ਜੀਵਨ ਦੀਆਂ ਖੁਸ਼ੀਆਂ ਬਖਸ਼ੇ, ਔਰ ਜਿਨ੍ਹਾਂ ਸੰਗਤਾਂ ਵੱਲੋਂ ਪਰਵਕਾਰਾਂ 'ਚ ਹਿੱਸੇ ਪਾਏ ਆ ਉਹਨਾਂ ਦੀ ਵੀ ਸੇਵਾ ਸਤਿਗੁਰ ਸੱਚੇ ਪਾਤਸ਼ਾਹ ਸਫਲੀ ਕਰਨ ਅਤੇ ਸਾਨੂੰ ਇਹ ਉਦਮ ਉਪਰਾਲਾ ਬਖਸ਼ਣ ਕਿ ਅਸੀਂ ਧਰਮ ਪ੍ਰਚਾਰ ਅੰਮ੍ਰਿਤ ਸੰਚਾਰ ਦੀ ਲਹਿਰ ਦੇ ਨਾਲ ਨਾਲ ਜਿਹੜੇ ਪਰਵਕਾਰ ਦੇ ਕਾਰਜ ਗੁਰੂ ਨਾਨਕ ਦਾ ਸਿਧਾਂਤ ਹੈ ਸਰਬੱਤ ਦੇ ਭਲੇ ਦਾ, ਉਹਦੇ ਉੱਤੇ ਅਸੀਂ ਜਿਹੜਾ ਹੈਗਾ ਉਹ ਕੰਮ ਕਰ ਸਕੀਏ। ਨਾਲ ਹੀ ਗੁਰੂ ਦੀ ਕਿਰਪਾ ਸਦਕਾ ਜਿੱਥੇ ਸੰਗਤਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਹੋਈ ਆ, ਖਾਲਸਾ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਹੋਈ ਆ, ਉੱਥੇ ਚੱਲ ਰਹੇ ਕਿਸਾਨ ਸੰਘਰਸ਼ ਦੀ ਸਫਲਤਾ ਵਾਸਤੇ ਵੀ ਅਰਦਾਸ ਹੋਈ ਹੈ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਸੁਭਾਗੇ ਜੋੜਿਆਂ ਨੂੰ ਗ੍ਰਿਸਤ ਜੀਵਨ ਦੀਆਂ ਖੁਸ਼ੀਆਂ ਬਖਸ਼ਣ, ਗੁਰਸਿੱਖੀ ਬਖਸ਼ਣ। ਗੁਰੂ ਦੇ ਚਰਨਾਂ 'ਚ ਇਹੀ ਅਰਦਾਸ ਹੈ ਤਾਂ ਕਿ ਸੰਗਤਾਂ ਦੀ ਕੀਤੀ ਹੋਈ ਸੇਵਾ ਜਿਹੜੀ ਆ ਉਹ ਸਫਲੀ ਹੋ ਸਕੇ, ਇਹੀ ਉਪਰਾਲੇ ਜਿਹੜੇ ਆ ਉਹ ਲਗਾਤਾਰ ਗੁਰੂ ਦੀ ਕਿਰਪਾ ਸਦਕਾ ਜਾਰੀ ਰਹਿਣਗੇ। ਜਥੇਦਾਰ ਦਾਦੂ ਸਾਹਿਬ ਜਿਹੜੇ ਕਿ ਹਰ ਸਾਲ 21 ਬੱਚਿਆਂ ਦੀਆਂ ਜਿਹੜੀਆਂ ਸ਼ਾਦੀਆਂ ਕਰਦੇ ਨੇ, ਔਰ ਅੱਜ ਵੀ ਜਿਹੜਾ ਅਸੀਂ ਸਮਾਗਮ, ਇਹ ਕੱਲ੍ਹ ਨਗਰ ਕੀਰਤਨ ਸੀ, ਅੱਜ ਸਮਾਗਮ ਦੀ ਸਮਾਪਤੀ ਹੋਈ ਹੈ, ਔਰ 21 ਜਿਹੜੀਆਂ ਸੁਭਾਗੀ ਜੋੜੇ ਆ ਜਿਹੜੇ, ਸੋ ਇਹਨਾਂ ਨੂੰ
ਉਹ ਸਾਰਾ ਸਾਜੋ ਸਮਾਨ ਦਿੱਤਾ ਗਿਆ ਜਿਹੜਾ ਕਿ ਇੱਕ ਫੈਮਲੀ ਨੂੰ ਸਟਾਰਟ ਕਰਨ ਲਈ ਜੋ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਉਹ ਸਾਰਾ ਸਮਾਨ ਦਿੱਤਾ ਗਿਆ। ਔਰ ਸਭ ਤੋਂ ਅੱਛੀ ਗੱਲ ਇਹ ਸੀ ਕਿ ਇਸ 'ਚ ਹਜ਼ਾਰਾਂ ਦੀ ਗਿਣਤੀ ਦੇਖ ਰਹੇ ਹੋ, ਲੋਕ ਆਏ ਸਾਰੇ ਸੰਤ ਮਹਾਂਪੁਰਸ਼ ਆਏ ਨੇ ਔਰ ਇਹਨਾਂ ਸਾਰਿਆਂ ਦਾ ਆਸ਼ੀਰਵਾਦ ਮਿਲਿਆ ਅਤੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸਾਰਿਆਂ ਦੇ ਆਨੰਦ ਕਾਰਜ ਕੀਤੇ ਗਏ ਨੇ। ਔਰ ਇਹ ਜਿਹੜਾ ਸਮਾਗਮ ਸੀਗਾ ਇਹ ਭਾਈ ਮਰਦਾਨਾ ਜੀ ਦੀ ਯਾਦ ਨੂੰ ਸਮਰਪਿਤ ਜਿਹੜਾ ਸੀ ਇਹ ਉਹਦੇ 'ਚ ਕਮਾਇਆ ਗਿਆ ਔਰ ਹਰ ਸਾਲ ਕਿਸੇ ਨਾ ਕਿਸੇ ਨੂੰ ਯਾਦ ਕਰਕੇ ਅਤੇ ਉਹਨਾਂ ਨੂੰ ਹੀ ਸਮਰਪਿਤ ਹੁੰਦਾ ਸਮਾਗਮ ਇਹ। ਅਤੇ ਉਹ ਮੈਂ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਦਾ ਕਿ ਬਾਬਾ ਜੀ ਨੂੰ ਹੋਰ ਹਿੰਮਤ ਦੇਵੇ, ਸਾਰਿਆਂ ਦੇ ਸਾਂਝੇ ਸਹਿਯੋਗ ਨਾਲ ਇਹ ਸਾਰੇ ਕੰਮ ਚੱਲਦੇ ਨੇ, ਕਾਰਜ ਚੱਲਦੇ ਨੇ। ਸੋ ਅੱਜ 21 ਸ਼ਾਦੀਆਂ ਕਰ ਰਹੀਆਂ ਨੇ ਅਤੇ ਲੋੜ ਮੁਤਾਬਕ ਵੱਧ ਵੀ ਜਾਣੀਆਂ ਨੇ ਇਹ। ਔਰ ਇਕੱਲਾ ਬੰਦਾ ਕੁਛ ਨਹੀਂ ਕਰ ਸਕਦਾ, ਇਹ ਸਾਰਿਆਂ ਦਾ ਸਹਿਯੋਗ ਹੁੰਦਾ ਹੈ। ਅਤੇ ਹੁਣ ਨੈਕਸਟ ਈਅਰ ਜਿਹੜਾ ਹੈਗਾ ਸਰਬੱਤ ਦੇ ਭਲੇ ਵੱਲੋਂ ਸਾਡੀ ਪੂਰੀ ਕੋਸ਼ਿਸ਼ ਹੋਏਗੀ ਜਿੰਨੀਆਂ ਵੱਧ ਤੋਂ ਵੱਧ ਸ਼ਾਦੀਆਂ ਲਈ ਅਸੀਂ ਵੀ ਸਹਿਯੋਗ ਪਾ ਸਕੀਏ, ਤਾਂ ਜੋ ਕੋਸ਼ਿਸ਼ ਕਰੀਏ ਕਿ ਜਿਹੜੀ 21 ਦੀ ਗਿਣਤੀ ਹੈ ਇਹਨੂੰ ਆਪਾਂ 51 ਤੱਕ ਲੈ ਚੱਲੀਏ। ਦੇਖੋ ਬਾਬਾ ਜੀ ਜਥੇਦਾਰ ਬਲਜੀਤ ਸਿੰਘ ਜੀ ਦਾਦੂਵਾਲ ਸਾਹਿਬ, ਮੈਂ ਬੜਾ ਲੱਕੀ ਹਾਂ, ਮੈਂ ਆਪਣੇ ਆਪ ਨੂੰ ਬਹੁਤ ਵੱਡਾ ਭਾਗਾ ਸਮਝਦਾ ਕਿ ਇੰਨੇ ਮਹਾਂਪੁਰਸ਼ ਮੈਨੂੰ ਪਿਆਰ ਕਰਦੇ ਆ। ਅਤੇ ਇਹਨਾਂ ਦਾ ਮੇਰੇ ਨਾਲ ਬਹੁਤ ਪਿਆਰ ਆ, ਜਦੋਂ ਮੇਰੇ ਸਾਡਾ ਮੈਂ ਘਰ ਬਣਾਇਆ ਸੀ ਅਤੇ ਮਹਾਰਾਜ ਦਾ ਪ੍ਰਕਾਸ਼ ਕਰਵਾਇਆ ਸੀ ਅਤੇ ਬਾਬਾ ਜੀ ਨੇ ਆਣ ਕੇ ਬੜਾ ਮੈਨੂੰ ਆਨੰਦ ਦਵਾਇਆ ਸੀ ਵੀ ਨਹੀਂ ਬੜਾ ਉਦੋਂ ਦਾ ਹੀ ਮੇਰਾ ਇੰਨਾ ਪਿਆਰ ਆ। ਸੋ ਮੈਂ ਹਮੇਸ਼ਾ ਹੀ ਇਹ ਸੱਚਾਈ ਨਾਲ ਖੜ੍ਹਨ ਵਾਲੇ ਬੰਦੇ ਆ। ਹੁਣ ਇਹਨਾਂ ਨੇ ਜਿੱਥੇ ਕੋਈ ਚੰਗਾ ਕੰਮ ਕਰਦਾ ਇਹ ਨਹੀਂ ਕੋਈ ਵੀ ਕਰਦਾ ਅਤੇ ਮੇਰਾ ਉੱਥੇ ਮੇਰੀ ਆਤਮਾ ਕਹਿੰਦੀ ਵੀ ਨਹੀਂ ਸੰਗੇ ਤੈਨੂੰ ਜਾਣਾ ਚਾਹੀਦਾ। ਮਹਾਰਾਜ ਸੱਚੇ ਪਾਤਸ਼ਾਹ ਨੇ ਅੱਜ ਬੜਾ ਕੁਛ ਦਿੱਤਾ ਆ, ਮਿਹਨਤ ਕੀਤੀ ਆ, ਮਿਹਨਤ ਕਰਕੇ ਬਾਬਾ ਜੀ ਉਹਨਾਂ ਨੂੰ ਪਤਾ ਆ ਹੈ ਨਾ ਵੀ ਨਹੀਂ ਸੰਗੇ ਤੂੰ ਬੜੀ ਯਾਰ ਮਿਹਨਤ ਕੀ। ਗੁਰਪ੍ਰੀਤ ਘੁੱਗੀ ਸਾਹਿਬ ਮੇਰੇ ਉਸਤਾਦ ਜੀ ਹੈ ਨਾ, ਉਹਨਾਂ ਨਾਲ ਮੈਂ ਬੜਾ ਮਿਹਨਤ ਕਰਕੇ ਤੱਕ ਪਹੁੰਚਿਆ। ਸੋ ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਬਾਬਾ ਜੀ ਦੇਖੋ ਪਹਿਲਾਂ ਤੋਂ ਹੀ ਬਾਬਾ ਜੀ ਜ਼ੁਲਮ ਨਾਲ ਟੱਕਰ ਲੈਂਦੇ ਆ ਰਹੇ ਹੈ ਨਾ, ਤੁਹਾਨੂੂੰ ਪਤਾ ਹੀ ਹੈ ਕਹਿਣ ਦੀ ਮੈਨੂੰ ਕੋਈ ਮੇਰੀ ਕੋਈ ਲੋੜ ਨਹੀਂ। ਉਹ ਸਾਰੀ ਸੰਗਤ ਨੂੰ ਪਤਾ ਹੀ ਆ, ਸਾਰਿਆਂ ਨੂੰ ਪਤਾ ਹੀ ਆ ਕਿ ਬਾਬਾ ਜੀ ਕਿੰਨੇ ਇਮਾਨਦਾਰ ਆ, ਕਿੰਨੀ ਇਮਾਨਦਾਰੀ ਨਾਲ ਇਹ ਜ਼ੁਲਮ ਦੇ ਖਿਲਾਫ ਲੜਦੇ ਆ। ਕਿਸਾਨ ਮੋਰਚੇ ਵਿੱਚ ਵੀ ਇਹ ਕਿਸਾਨਾਂ ਦੇ ਬਲ ਲਈ ਉਹਨਾਂ ਲਈ ਅੱਜ ਜਕਾਰੇ ਵੀ ਬੁਲਾਏ ਆ ਵੀ ਸਰਕਾਰਾਂ ਨਾਲ ਸਿੱਧਾ ਮੱਥਾ ਲਾਉਣ ਵਾਲੇ ਆ ਨਾ। ਅਤੇ ਇਸ ਕਰਕੇ ਅੱਜ ਇਹਨਾਂ ਨੇ ਜਿੱਥੇ ਸਰਕਾਰਾਂ ਨਾਲ ਮੱਥਾ ਲਾਉਂਦੇ ਨੇ ਉੱਥੇ ਸਮਾਜ ਸੇਵੀ ਇੰਨਾ ਵਧੀਆ ਕੰਮ ਕਰਦੇ ਨੇ। ਅੱਜ 21 ਜੋੜਿਆਂ ਦੇ ਵਿਆਹ ਕਰਨ, ਵਿਆਹ ਇੱਕ ਕਰਨਾ ਬੜਾ ਮੁਸ਼ਕਿਲ ਹੁੰਦਾ ਔਰ ਇਨੀ 21 ਜੋੜਿਆਂ ਦੇ ਸਿਰ ਜੋੜੇ। ਸੋ ਇਹ ਬਹੁਤ ਵਡਭਾਗਾ ਦਿਨ ਆ ਔਰ ਖੁਸ਼ੀ ਦੀ ਗੱਲ ਇਹ ਆ ਕਿ ਇਹ ਬਾਬਾ ਮਰਦਾਨਾ ਜੀ ਨੂੰ ਇਹ ਸਾਰਾ ਸਮਾਗਮ ਸਮਰਪਿਤ ਸੀ। ਸੋ ਮੈਨੂੰ ਤਾਂ ਵਧੀਆ ਲੱਗਿਆ ਜੀ ਇੱਥੇ ਆ ਕੇ। ਦੀਵਾਨ ਟੋਡਰਮੱਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਵੱਲੋਂ ਦੀਵਾਨ ਟੋਡਰਮੱਲ ਦੀ ਖੰਡਰ ਹੋਈ ਜਹਾਜ਼ ਹਵੇਲੀ ਦੀ ਸਾਂਭ ਸੰਭਾਲ ਕੀਤੀ ਜਾਵੇਗੀ। ਇਸ ਦੀ ਸ਼ੁਰੂਆਤ ਤੋਂ ਪਹਿਲਾਂ NRI ਵੀਰਾਂ ਵੱਲੋਂ ਇੱਕ ਇਕੱਤਰਤਾ ਕੀਤੀ ਗਈ ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਟੋਡਰਮੱਲ ਵਿਰਾਸਤੀ ਫਾਊਂਡੇਸ਼ਨ ਦੇ ਪ੍ਰਧਾਨ ਲਖਵਿੰਦਰ ਸਿੰਘ ਕਾਨੇਕੇ, USA ਤੋਂ ਸਤਨਾਮ ਸਿੰਘ ਸੰਧੂ, ਹਰਬੰਸ ਸਿੰਘ ਤੱਖੜ ਕੈਨੇਡਾ ਤੋਂ, ਗਿਆਨ ਸਿੰਘ ਸੰਧੂ, ਹਰਬੰਸ ਸਿੰਘ ਜੰਡਾਲੀ, ਜਦਰ ਮਹਿੰਦਰ ਸਿੰਘ ਮੈਸਮਪੁਰ, ਐਡਵੋਕੇਟ ਜਨਰਲ ਸੁਮਨਦੀਪ ਸਿੰਘ ਵਾਲੀਆ, ਚੜ੍ਹਦੀ ਕਲਾ ਟਾਈਮ ਟੀਵੀ ਦੇ ਡਾਇਰੈਕਟਰ ਸਰਦਾਰ ਹਰਪ੍ਰੀਤ ਸਿੰਘ ਦਰਦੇ, ਨਾਭਾ ਰਿਆਸਤ ਦੀ ਮਹਾਰਾਣੀ ਪ੍ਰੀਤੀ ਸਿੰਘ ਮੌਜੂਦ ਰਹੇ। ਇਸ ਮੌਕੇ ਉਹਨਾਂ ਕਿਹਾ ਕਿ ਜਹਾਜ਼ ਹਵੇਲੀ ਦੀ ਸੇਵਾ NRI ਵੀਰਾਂ ਵੱਲੋਂ ਕੀਤੀ ਜਾਵੇਗੀ। ਦੀਵਾਨ ਟੋਡਰਮੱਲ ਜਹਾਜ਼ ਹਵੇਲੀ ਦੀ ਜਿਹੜੀ ਦਿੱਖ ਆ ਉਹ ਬਦਲੀ ਜਾਵੇਗੀ, ਜਾਣੀ ਕਿ ਉਹਨੂੰ ਵਧੀਆ ਰੂਪ ਦੇ ਨਾਲ ਜਿਹੜਾ ਉਸਨੂੰ ਨਿਖਾਰਿਆ ਜਾਵੇਗਾ, ਕਿਉਂਕਿ ਇਤਿਹਾਸ ਬਹੁਤ ਵੱਡਾ। ਇਤਿਹਾਸ ਜਿਹੜੀ ਗੱਲ ਕੀਤੀ ਜਾਵੇ ਤਾਂ ਉੱਥੇ ਜਿਹੜਾ ਦੱਸਿਆ ਜਾ ਰਿਹਾ ਕਿ ਇੱਕ ਅਜਾਇਬ ਘਰ ਵੀ ਜਿਹੜਾ ਬਣਨ ਜਾ ਰਿਹਾ ਜਿਹਦੀ ਸੇਵਾ NRI ਵੀਰਾਂ ਵੱਲੋਂ ਜਿਹੜੀ ਲਿੱਤੀ ਗਈ ਆ। ਸੋ ਸਾਡੇ ਨਾਲ ਪ੍ਰਧਾਨ ਜੀ ਮੌਜੂਦ ਨੇ ਜਿਨ੍ਹਾਂ ਵੱਲੋਂ ਸੰਸਥਾ ਦੇ ਜਿਹੜੇ ਮੁਖੀ ਨੇ। ਸਭ ਤੋਂ ਪਹਿਲਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਰ, ਕੀ ਜਿਹੜਾ ਉਹਦੀ ਦਿੱਖ ਚੇਂਜ ਹੋਵੇਗੀ ਅਤੇ ਕੀ ਪ੍ਰੋਗਰਾਮ ਹੈ, ਕਿਹਨਾਂ ਵੱਲੋਂ ਜਿਹੜੀ ਸੇਵਾ ਉਹ ਆਰੰਭੀ ਗਈ ਹੈ? ਇਹ ਪੱਤਰਕਾਰ ਸਾਹਿਬ, ਦਿੱਖ ਨਹੀਂ ਚੇਂਜ ਹੋਏਗੀ, ਦਿੱਖ ਉਹੀ ਬਹਾਲ ਹੋਏਗੀ ਜਿਹੜੀ 18ਵੀਂ ਸਦੀ ਦੇ ਵਿੱਚ ਉਹ ਹਵੇਲੀ ਹੈ ਸੀ।
ਅਤੇ ਉਹਨੂੰ ਉਸ ਤਰ੍ਹਾਂ ਪ੍ਰਿਜ਼ਰਵ ਕੀਤਾ ਜਾਊਗਾ ਜਿਵੇਂ ਜਿਵੇਂ ਆਰਕੀਟੈਕ ਖੋਜ ਦੇ ਮੁਤਾਬਕ ਜਿਹੜੀ ਉਹ ਢਹਿ ਚੁੱਕੀ ਹੈ ਉਹਨੂੰ ਉਹਦਾ ਜਿਹੜਾ ਢਾਂਚਾ ਉਹਨੂੰ ਸੰਪੂਰਨ ਕੀਤਾ ਜਾਊਗਾ। ਇਹ ਜਿਹੜੀ ਸਾਰੀ ਸੇਵਾ ਦੀਵਾਨ ਟੋਡਰਮੱਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਕਰੇਗੀ ਅਤੇ ਕਿਸੇ ਤੋਂ ਕੋਈ ਵੀ ਮਾਇਆ ਨਾ ਇੰਡੀਆ 'ਚੋਂ ਨਾ ਵਿਦੇਸ਼ਾਂ ਦੇ ਵਿੱਚੋਂ ਕੋਈ ਮਾਇਆ ਨਹੀਂ ਇਕੱਠੀ ਕੀਤੀ ਜਾਵੇਗੀ। ਇਹ ਸਿਰਫ ਫਾਊਂਡੇਸ਼ਨ ਸਾਡਾ ਪਰਿਵਾਰ ਹੈ, ਇੱਕ ਫਾਊਂਡੇਸ਼ਨ ਪਰਿਵਾਰ ਦੇ ਰੂਪ ਦੇ ਵਿੱਚ ਇਹ ਕਾਰਜ ਕਰੇਗੀ ਸਾਰਾ। ਇਹ ਸਮਾਗਮ ਐਕਚੁਲੀ ਸਾਡੀ ਸੰਸਥਾ ਹੈ ਜੀ ਦੀਵਾਨ ਟੋਡਰਮੱਲ ਵਿਰਾਸਤੀ ਫਾਊਂਡੇਸ਼ਨ। ਉਸ ਫਾਊਂਡੇਸ਼ਨ ਦੇ ਜਿਹੜੇ ਮੁਖੀ ਨੇ ਪੰਜਾਬ ਦੇ ਵਿੱਚ ਲਾਲ ਲਖਵਿੰਦਰ ਸਿੰਘ ਜੀ ਨੇ, ਸੋ ਸਰ ਲਖਵਿੰਦਰ ਸਿੰਘ ਜੀ ਦੇ ਘਰ ਇਹਨਾਂ ਦੇ ਭਤੀਜਾ ਹੋਇਆ ਸੀ, ਉਹਦੀ ਖੁਸ਼ੀ ਦੇ ਵਿੱਚ ਸਾਰੀ ਸੰਗਤਾਂ ਇਕੱਠੀਆਂ ਹੋਈਆਂ ਨੇ ਅਤੇ ਤਕਰੀਬਨ ਸਾਰਾ ਹੀ ਤੁਸੀਂ ਦੇਖ ਰਹੇ ਹੋ ਵੱਖਰੇ ਵੱਖਰੇ ਪਹਿਲੂਆਂ ਤੋਂ ਵੱਖਰੇ ਵੱਖਰੇ ਦੇਸ਼ਾਂ ਤੋਂ ਲੋਕ ਪਹੁੰਚੇ ਹੋਏ ਨੇ। ਸੋ ਜਿਹੜੀ ਦੀਵਾਨ ਟੋਡਰਮੱਲ ਵਿਰਾਸਤੀ ਫਾਊਂਡੇਸ਼ਨ ਹੈ ਜੀ, ਗੈਰ ਮੁਨਾਫਾ ਇੱਕ ਸੰਸਥਾ ਜੋ ਕਿ ਟੋਡਰਮੱਲ ਦੀਵਾ ਜਿਹੜੀ ਜਹਾਜ਼ੀ ਹਵੇਲੀ ਹੈ ਉਹਦੀ ਮੁਰੰਮਤ ਦੀ ਪੂਰੀ ਜ਼ਿੰਮੇਵਾਰੀ ਇਹਨੇ ਲੈ ਲਈ ਹੈ। ਸਰਕਾਰ ਕੋਲੋਂ ਵੀ ਪਾਸ ਹੋ ਚੁੱਕਿਆ, ਕਚਹਿਰੀ ਵਿੱਚੋਂ ਪਾਸ ਹੋ ਚੁੱਕਾ, ਇਸ ਵੇਲੇ ਇਹ ਸੰਸਥਾ ਜਿਹੜੀ ਉਹਦੀ ਪੂਰੀ ਮੁਰੰਮਤ ਕਰਵਾ ਰਹੀ ਹੈਗੀ ਆ। ਉਹਨੂੰ ਬਿਲਕੁਲ ਓਰਿਜਿਨਲ ਜਿਸ ਤਰ੍ਹਾਂ ਉਹਦੀ ਦਿੱਖ ਸੀ ਉਸ ਦਿੱਖ ਦੇ ਵਿੱਚ ਹੀ ਉਹਨੂੰ ਬਹਾਲ ਕਰਨ ਦੀ ਜ਼ਿੰਮੇਵਾਰੀ। ਤੁਸੀਂ ਗੱਲ ਕੀਤੀ ਆ ਜਹਾਜ਼ ਹਵੇਲੀ ਦੀ, ਕਿਉਂਕਿ ਜਦੋਂ ਲੋਕ ਸੰਗਤਾਂ ਜਿਹੜੀਆਂ ਉੱਥੇ ਜਾਂਦੀਆਂ ਨੇ ਤਾਂ ਉਹ ਜਹਾਜ਼ ਹਵੇਲੀ ਜਿਹੜੀ ਖੰਡਰ ਹੋਰ ਸੀ, ਕੋਈ ਸਮਾਂ ਤੈਅ ਕੀਤਾ ਗਿਆ ਵੀ ਇੰਨੇ ਚਿਰ 'ਚ ਬਣ ਕੇ ਜਿਹੜੀ ਆ ਤਿਆਰ ਹੋ ਜਾਵੇਗੀ, ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਸੰਗਤਾਂ ਕਦੋਂ ਦਰਸ਼ਨ ਕਰ ਸਕਦੀਆਂ ਨੇ, ਉਹਦੇ ਕੀ ਪ੍ਰੋਸੈਸ ਆ ਉਹਦਾ? ਦੇਖੋ ਉਹਦੇ ਦਰਸ਼ਨ ਤਾਂ ਐਸ ਹੁਣ ਵੀ ਉਹਦੀ ਜਿਹੜੀ ਮੁਰੰਮਤ ਹੈ ਸਫਾਈ ਸੀ ਪਿਛਲੇ ਤਕਰੀਬਨ ਸਾਲ ਤੋਂ ਚੱਲ ਰਹੀ ਹੈ। ਹੁਣ ਤੱਕ ਤਕਰੀਬਨ ਫਾਊਂਡੇਸ਼ਨ ਸਾਡੀ ਤਕਰੀਬਨ 60 ਲੱਖ ਤੋਂ ਉੱਤੇ ਖਰਚ ਚੁੱਕੀ ਹੈਗੀ ਹੈ ਉਹਨੇ ਸਫਾਈ ਵਾਸਤੇ। ਅਜੇ ਵੀ ਉਹਦੀ ਸਫਾਈ ਪਰ ਉਹਦੀ ਮੁਰੰਮਤ ਹਰ ਤਰ੍ਹਾਂ ਦੀ ਦਿੱਖ ਉਹਨੂੰ ਬਹਾਲ ਕਰਨ ਵਾਸਤੇ ਕਈ ਵਰੇ ਲੱਗ ਸਕਦੇ ਨੇ, ਠੀਕ ਹੈ ਜੀ। ਪਰ ਜਦ ਉਹ ਪੂਰੀ ਤਿਆਰ ਹੋ ਗਈ ਉਹਦੇ ਨਾਲ ਨਾਲ ਅਸੀਂ ਇੱਕ ਅਜਾਇਬ ਘਰ ਵੀ ਬਣਾਵਾਂਗੇ ਤਾਂ ਜੋ ਪੂਰਾ ਇਤਿਹਾਸ ਹੋਵੇ ਆਇਆ ਗਿਆ ਉੱਥੇ ਪੂਰੀ ਇਨਫੋਰਮੇਸ਼ਨ ਉਹਦੇ ਬਾਰੇ ਜਾਣਕਾਰੀ ਹੋਵੇ। ਸੋ ਆਈ ਥਿੰਕ ਉਹ ਬਹੁਤ ਕੁਝ ਤੁਸੀਂ ਦੇਖੋਗੇ ਜਿੱਦਣ ਉਹ ਫਿਨਿਸ਼ ਹੋ ਗਈ ਓਰਿਜਿਨਲ ਤੁਹਾਨੂੰ ਲੱਗੇਗੀ ਜੇ ਉਸ ਸਮੇਂ ਦੀ ਅੱਜ ਤੋਂ 350 ਸਾਲ ਪੁਰਾਣੀ ਹੋ ਕਿਸ ਤਰ੍ਹਾਂ ਸੀ। ਜੇਕਰ ਗੱਲ ਕੀਤੀ ਜਾਵੇ, ਕਿਉਂਕਿ ਦੇਸ਼ਾਂ ਵਿਦੇਸ਼ਾਂ 'ਚ ਬਹੁਤ ਸੰਗਤ ਬੈਠੀ ਹੈ, ਖਾਸ ਤੌਰ 'ਤੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ, ਕਿਉਂਕਿ ਜਿਹੜਾ ਕਾਰਜ ਆਰੰਭਿਆ ਗਿਆ ਕਿ ਉਹ ਵੀ ਆਪਣੀ ਜਿਹੜਾ ਵੱਡਮੂਲਾ ਜਿਹੜਾ ਯੋਗਦਾਨ ਪਾਉਣ, ਆਪਣਾ ਜਿਹੜਾ ਯੋਗਦਾਨ ਦੇ ਸਕਣ, ਤਾਂ ਕੀ ਸੰਗਤਾਂ ਨੂੰ ਕਹਿਣਾ ਚਾਹੁੰਦੇ ਉਹਨਾਂ ਨੂੰ? ਦੇਖੋ ਅਸੀਂ ਉਹਦੇ ਬਾਰੇ ਕੋਈ ਕਿਸੇ ਦੇ ਕੋਲੋਂ ਕੋਈ ਡੋਨੇਸ਼ਨ ਨਹੀਂ ਲੈਂਦੇ। ਉਹਦਾ ਕਾਰਨ ਇਹ ਆ ਕਿ ਜਿਹੜੇ ਫਾਊਂਡੇਸ਼ਨ ਦੇ ਮੈਂਬਰਸ ਨੇ ਉਹਨਾਂ ਨੇ ਆਪ ਹੀ ਸੇਵਾ ਸੰਭਾਲੀ ਹੋਈ ਆ, ਵੀ ਅਸੀਂ ਬਾਹਰੋਂ ਕਿਸੇ ਕੋਲੋਂ ਕੋਈ ਪੈਸਾ ਨਹੀਂ ਜੇ ਲੈਣਾ। ਸੋ ਇਨਫੈਕਟ ਸਾਡੇ ਨਾਲ ਮੈਂਬਰ ਇਹੋ ਜਿਹਾ ਜੁੜੇ ਹੋਏ ਨੇ ਜੇ ਇਕੱਲਾ ਹੀ ਚਾਹੁੰਦੇ ਨੇ ਕਿ ਇਹ ਜ਼ਿੰਮੇਵਾਰੀ ਮੈਨੂੰ ਦੇ ਦਿਓ ਤਾਂ ਆਹ ਜ਼ਿੰਮੇਵਾਰੀ ਮੈਨੂੰ ਦੇ ਦਿਓ। ਸੋ ਇਸ ਕਰਕੇ ਅਸੀਂ ਬੇਨਤੀ ਹਾਂ ਜੇ ਕੋਈ ਤੁਹਾਡੇ ਕੋਲ ਬਾਹਰੋਂ ਆ ਕੇ ਪੈਸੇ ਮੰਗਦਾ ਵੀ ਉਹਨੂੰ ਕੋਈ ਪੈਸੇ ਨਾ ਦਿਓ। ਅਤੇ ਅੱਜ ਬਹੁਤ ਸਾਰੇ ਸਾਡੇ ਜਿਹੜੇ ਆਗੂ ਨੇ ਫੋਰਨ ਵਿੱਚੋਂ, ਕਨੇਡਾ ਦੇ ਵਿੱਚੋਂ, ਅਮਰੀਕਾ ਦੇ ਵਿੱਚੋਂ ਵੀ ਇੱਥੇ ਆਏ ਸੀ। ਗਿਆਨ ਸਿੰਘ ਸੰਧੂ ਜੀ ਆਏ ਨੇ ਔਰ ਜਿਹੜੇ ਸਾਡੇ ਇੱਕ ਨਾਮਵਰ ਹਸਤੀ ਹੈ ਕਨੇਡਾ ਦੀ, ਉੱਥੇ ਵੀ ਯੂਨੀਵਰਸਿਟੀ ਚਲਾ ਰਹੇ ਨੇ ਔਰ ਹੋਰ ਵੀ ਬਹੁਤ ਸਾਰੇ ਅਦਾਰੇ ਜਿਹੜੇ ਨੇ ਐਜੂਕੇਸ਼ਨ ਦੇ ਇਹ ਚਲਾ ਰਹੇ ਨੇ। ਅਤੇ ਇਹਨਾਂ ਦੇ ਨਾਲ ਮਹਿੰਦਰ ਸਿੰਘ ਮਹਿਸਮਪੁਰ ਜੀ ਆਏ ਨੇ ਔਰ ਸੰਧੂ ਸਾਹਿਬ ਅਮਰੀਕਾ 'ਚੋਂ ਆਏ, ਕਾਫੀ ਸੱਜਣ ਜਿਹੜੇ ਫੋਰਨ ਦੇ ਵਿੱਚੋਂ ਅੱਜ ਇੱਥੇ ਇਕੱਠੇ ਹੋਏ ਸੀ ਔਰ ਸਾਰਿਆਂ ਨੇ ਬੈਠ ਕੇ ਇੱਕ ਇਹ ਸਾਰੇ ਵਿਚਾਰ ਵਟਾਂਦਰਾ ਕੀਤਾ ਕਿ ਇੱਕ ਤਾਂ ਜਿਹੜੀ ਹੈ ਜਹਾਜ਼ ਹਵੇਲੀ ਹੈ ਜਿਹੜੀ, ਅਤੇ ਉਹਨੂੰ ਜਲਦ ਤੋਂ ਜਲਦੀ ਜਿਹੜਾ ਉਹਦੇ ਵਿੱਚ ਜੋ ਵੀ ਪਿੱਛੇ ਅੜਚਨਾ ਸੀ ਉਹ ਵੀ ਦੂਰ ਕੀਤੀਆਂ ਗਈਆਂ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਇੱਕ ਫਾਊਂਡੇਸ਼ਨ ਜਿਹੜੀ ਬਣਾਈ ਗਈ ਹੈ ਸੰਧੂ ਸਾਹਿਬ ਵੱਲੋਂ, ਲਖਵਿੰਦਰ ਸਿੰਘ ਜੀ ਉਹਦੇ ਵਿੱਚ ਨੇ, ਹੋਰ ਵੀ ਸਾਰੇ ਬਾਹਰਲੇ ਜਿਹੜੇ ਨਾਮਵਰ ਵਿਅਕਤੀ ਨੇ ਉਹ ਵੀ ਉਹਦੇ ਨਾਲ ਸੇਵਾ ਕਰ ਰਹੇ ਨੇ। ਸੋ ਅੱਜ ਸਾਰਿਆਂ ਨੇ ਬੈਠ ਕੇ ਵਿਚਾਰ ਵਟਾਂਦਰਾ ਕੀਤਾ ਕਿ ਸਾਡੀਆਂ ਜਿਹੜੀਆਂ ਪੁਰਾਤਨ ਜਿਹੜੀਆਂ ਇਮਾਰਤਾਂ ਨੇ ਜਾਂ ਪੁਰਾਤਨ ਯਾਦਗਾਰਾਂ ਨੇ ਉਹਨੂੰ ਸੰਭਾਲਿਆ ਜਾਵੇ, ਉਹਦੇ ਬਾਰੇ ਸਾਰੇ ਅਸੀਂ ਅੱਜ ਇੱਥੇ ਵੈਸੇ ਮੀਟਿੰਗ ਵੀ ਕੀਤੀ ਗਈ ਹੈ ਔਰ ਲੰਮੀਆਂ ਵਿਚਾਰ ਵਟਾਂਦਰਾ ਵੀ ਹੋਇਆ। ਫੋਰਨ ਦੇ ਜਿੰਨੀ ਬਾਹਰਲੀ ਸਿੱਖ ਨੇ ਉਹ ਪੂਰੀ ਮਦਦ ਕਰਨ ਨੂੰ ਤਿਆਰ ਨੇ, ਲੇਕਿਨ ਇਹ ਬਹੁਤ ਚੰਗੀ ਗੱਲ ਹੈ ਕਿ ਸਾਡੀਆਂ ਪੁਰਾਤਨ ਜਿਹੜੀਆਂ ਨੇ ਇਮਾਰਤਾਂ ਨੇ ਜਾਂ ਇਤਿਹਾਸਿਕ ਇਮਾਰਤਾਂ ਨੇ ਜਾਂ ਇਤਿਹਾਸ ਨਾਲ ਜੁੜੀਆਂ ਹੋਈਆਂ ਜੋ ਵੀ ਹੈਗੀਆਂ ਵਿਰਾਸਤੀ ਸਾਡੀਆਂ
ਉਹਨੂੰ ਸੰਭਾਲਣਾ ਜ਼ਰੂਰੀ ਹੈ। ਸੋ ਬਹੁਤ ਹੀ ਪੋਜ਼ਿਟਿਵ ਤੌਰ 'ਤੇ ਅੱਜ ਇੱਥੇ ਮੀਟਿੰਗਾਂ ਵੀ ਹੋਈਆਂ ਔਰ ਅਸੀਂ ਖਾਲਸਾ ਜੀ ਦੇ ਲਖਵਿੰਦਰ ਸਿੰਘ ਦੇ ਗ੍ਰਹਿ ਵੇਖੀ ਇੱਥੇ ਆਏ ਹਾਂ ਅਤੇ ਉਹਨਾਂ ਦੀ ਸਾਰਿਆਂ ਨੇ ਪ੍ਰਸ਼ੰਸਾ ਕੀਤੀ ਹੈ। ਲਖਵਿੰਦਰ ਸਾਡਾ ਨੌਜਵਾਨ ਬੜੀ ਹਿੰਮਤ ਕਰ ਰਿਹਾ, ਉਹਨੇ ਸਾਰਿਆਂ ਨੂੰ ਇਕੱਠੇ ਵੀ ਕੀਤਾ, ਅੱਜ ਇੱਥੇ ਸਾਰਿਆਂ ਨੇ ਮੀਟਿੰਗ ਵੀ ਕਰਵਾਈ ਹੈ ਔਰ ਖੁਸ਼ੀਆਂ ਦੇ ਸਮੇਂ ਦੇ ਵਿੱਚ ਅੱਜ ਸਾਰੇ ਜਿੱਥੇ ਸ਼ਾਮਿਲ ਹੋਏ ਹਾਂ। ਇਹ ਸਾਰੇ ਉਪਰਾਲੇ ਭਾਈ ਲਖਵਿੰਦਰ ਸਿੰਘ ਇੱਥੋਂ ਸਾਡੇ ਪ੍ਰਧਾਨ ਨੇ, ਗਿਆਨ ਸਿੰਘ ਸੰਧੂ ਹੋਰੀ ਕੋਆਰਡੀਨੇਟਰ ਨੇ, ਅਸੀਂ ਸਾਰੇ ਹੀ ਰਲ ਕੇ ਇਸ ਟੀਮ ਸਾਰੀ ਇਸ ਸਾਰੇ ਸਾਰੇ ਵਰਲਡ ਦੀ ਇੱਕ ਕਮੇਟੀ ਬਣੀ ਹੋਈ ਹੈ ਜਿਹੜੀ ਇਸ ਨੂੰ ਬੜੇ ਸੁਹਿਰਤਾ ਨਾਲ ਚਲਾ ਰਹੀ ਹੈ। ਪਰ ਇਹਦੀ ਦਿੱਖ ਜਿਹੜੀ ਸੀ ਖਰਾਬ ਹੀ ਬਹੁਤ ਹੋ ਚੁੱਕੀ ਸੀ, ਪਹਿਲਾਂ ਹੀ ਬਹੁਤ ਖਰਾਬ ਹੋ ਚੁੱਕੀ ਸੀ। ਹੁਣ ਇਸ ਲਈ ਖੁੱਲ੍ਹੀ ਤਾਂ ਹੈ, ਸੰਗਤ ਆਵਾਜਾਵੀ ਹੈਗੀ ਹੈ, ਪਰ ਉਹਦੇ ਅਜੇ ਉਸ ਸੈਲਾਨੀ ਦੇ ਦੇਖਣ ਦੇ ਯੋਗ ਨਹੀਂ ਬਣੀ ਜਿਸ ਯੋਗਤਾ ਨੂੰ ਰੱਖਦੀ ਹੈ, ਜਿਹੜੀ ਯੋਗਤਾ ਬੇਸਿਕ ਤੌਰ 'ਤੇ ਉਹਦੀ ਦਿੱਖ ਬਣਾਉਣ ਲਈ ਅਸੀਂ ਯਤਨਸ਼ੀਲ ਹਾਂ ਬਹੁਤ ਜਲਦੀ ਨਾਲ, ਕਿਉਂਕਿ ਹੁਣ ਅਸੀਂ ਨਿਵੇਕਲੇ ਹੋ ਗਏ ਹਾਂ। ਸਾਡੇ ਹੱਥ ਜਿਹੜੀ ਉਹ ਆਜ਼ਾਦਾਨਾ ਤੌਰ 'ਤੇ ਜਿਹੜੀ ਉਹ ਸੇਵਾ ਫਾਊਂਡੇਸ਼ਨ ਦੇ ਹੱਥ ਆਈ ਹੈ ਅਤੇ ਹੁਣ ਉਹਨੂੰ ਅਸੀਂ ਬੜੀ ਤੇਜ਼ੀ ਨਾਲ ਜੰਗੀ ਪੱਧਰ 'ਤੇ ਤਿਆਰ ਕਰਕੇ ਉਹ ਸੰਗਤਾਂ ਦੇ ਸਾਹਮਣੇ ਲਿਆਵਾਂਗੇ, ਕਿਉਂਕਿ ਪ੍ਰੋਜੈਕਟ ਬਰੀਕੀ ਦਾ ਬਹੁਤ ਹੈ, ਉਹ ਕੰਮ ਲੰਬੇਰਾ ਹੋਏਗਾ, ਕਿਉਂਕਿ ਉਹਨੂੰ ਮਟੀਰੀਅਲ ਵੀ ਜਿਹੜਾ ਉਹ ਪੁਰਾਤਨ ਲੱਗਾ ਹੋਇਆ, ਉਹੀ ਚੂਨਾ, ਉਹੀ ਇੱਟ, ਉਹੀ ਤਿਆਰੀ, ਉਹੀ ਦਿੱਖ, ਸਾਰਾ ਕੁਛ ਉਹੀ ਦੇਣਾ ਸਾਡਾ ਜਿਹੜਾ ਉਹ ਮੁੱਖ ਫਰਜ਼ ਹੈ। ਵਿਰਾਸਤ ਨੂੰ ਕਾਇਮ ਰੱਖਣਾ ਸਾਡਾ ਮੁੱਖ ਫਰਜ਼ ਹੈ, ਜਿਹੜਾ ਉਹ ਆਰਕੀਟੈਕਟ ਲੱਗੇ ਹੋਏ ਨੇ ਜਿਹੜੇ ਕਿ ਉਹਨੂੰ ਉਸੇ ਹੀ ਦਿੱਖ ਵਿੱਚ ਤਿਆਰ ਕਰਨ ਲਈ ਸਮਾਂ ਜ਼ਰੂਰ ਲੱਗੇਗਾ, ਪਰ ਇਹ ਸਾਨੂੰ ਵਿਸ਼ਵਾਸ ਹੈ, ਭਰੋਸਾ ਹੈ ਸਾਡੇ ਕੋਲ ਦਾਨੀ ਸੱਜਣ ਜਾਂ ਜਿਹੜੇ ਵੀ ਸੁਹਿਰਦ ਹੋ ਕੇ ਸਾਡੇ ਨਾਲ ਜੁੜੇ ਹੋਏ ਨੇ, ਉਹ ਸਾਰੇ ਹੀ ਤਕੜੇ ਹੋ ਕੇ ਟੀਮ ਦੇ ਰੂਪ ਵਿੱਚ ਕੰਮ ਕਰ ਰਹੇ ਨੇ। ਬਹੁਤ ਛੇਤੀ ਹੀ ਉਹਦੀ ਇੱਕ ਥੋੜ੍ਹੇ ਚਿਰ 'ਚ ਇੱਕ ਦਿੱਖ ਜਿਹੜੀ ਦਿੱਖ ਟੈਂਪਰੇਰੀ ਤੌਰ 'ਤੇ ਦਿੱਖ ਜਿਹੜੀ ਆ ਉਹ ਸੰਗਤ ਦੀ ਆਵਾਜਾਵੀ ਵਾਸਤੇ ਖੋਲ੍ਹ ਦਿੱਤੀ ਜਾਊਗੀ। ਉਹ ਤੋਂ ਅੱਗੇ ਜਿਹੜਾ ਹੈ ਉਸ ਕੰਮ ਬਹੁਤ ਲੰਬੇਰਾ ਹੈ, ਉਹਨੂੰ ਕਿੰਨਾ ਸਮਾਂ ਲੱਗਦਾ ਉਹਦੇ 'ਤੇ ਸਾਨੂੰ ਹੁਣ ਸਾਰੇ ਦੇ ਸਾਰੇ ਜਿਹੜੀ ਉਹਦੇ 'ਤੇ ਰਿਸਰਚ ਕੀਤੀ ਜਾ ਰਹੀ ਹੈ, ਉਹਦੇ ਲਈ ਉਹਦਾ ਖਰਚਾ ਵੀ ਤਿਆਰ ਕਰਨ ਲਈ ਉਹਦੇ ਸਾਰਾ ਕੁਛ ਸਾਡੇ ਕੋਲ ਸਾਰਾ ਕੁਛ ਇਸ ਵੇਲੇ ਤਿਆਰ ਹੈ, ਕਿਸੇ ਚੀਜ਼ ਦੀ ਹੁਣ ਘਾਟ ਨਹੀਂ ਹੈਗੀ। ਸਿਰਫ ਅਤੇ ਸਿਰਫ ਜਿਹੜਾ ਸੀ ਉਹ ਰੋਕ ਸੀ, ਉਹ ਰੋਕ ਜਿਹੜੀ ਹੈ ਹੁਣ ਸਾਡੇ 'ਚੋਂ ਹਟ ਗਈ ਹੈ, ਉਹ ਆਜ਼ਾਦਾਨਾ ਤੌਰ 'ਤੇ ਜਿਹੜੀ ਆ ਉਹ ਟੋਡਰ ਵੈਲ ਫਾਊਂਡੇਸ਼ਨ ਜਿਹੜੀ ਆ ਅਸੀਂ ਸਾਰੇ ਰਲ ਕੇ ਉਹਨੂੰ ਹੁਣ ਛੇਤੀ ਨਾਲ ਜੰਗੀ ਪੱਧਰ 'ਤੇ ਤਿਆਰ ਕਰ ਰਹੇ। ਮਲਕੀਤ ਸਿੰਘ ਖਾਲਸਾ ਦੇ ਪੋਤਰੇ ਫਤਿਹ ਸਿੰਘ ਢਿੱਲੋਂ ਦੇ ਜਨਮਦਿਨ ਦੀ ਖੁਸ਼ੀ ਵਿੱਚ ਉਹਨਾਂ ਦੇ ਗ੍ਰਹਿ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਉਪਰੰਤ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਡਾਗੀ ਵੱਲੋਂ ਕੀਰਤਨ ਸਰਵਣ ਕਰਵਾਇਆ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਦੀਵਾਨ ਟੋਡਰਮੱਲ ਵਿਰਾਸਤੀ ਫਾਊਂਡੇਸ਼ਨ ਦੇ ਪ੍ਰਧਾਨ ਲਖਵਿੰਦਰ ਸਿੰਘ ਕਾਨੇਕੇ, USA ਤੋਂ ਸਤਨਾਮ ਸਿੰਘ ਸੰਧੂ, ਹਰਬੰਸ ਸਿੰਘ ਤੱਖੜ, ਕੈਨੇਡਾ ਤੋਂ ਗਿਆਨ ਸਿੰਘ ਸੰਧੂ, ਹਰਬੰਸ ਸਿੰਘ ਜੰਡਾਲੀ, ਜਥੇਦਾਰ ਮਹਿੰਦਰ ਸਿੰਘ ਮੈਸਮਪੁਰ, ਐਡਵੋਕੇਟ ਜਨਰਲ ਸੁਮਨਦੀਪ ਸਿੰਘ ਵਾਲੀਆ, ਚੜ੍ਹਦੀ ਕਲਾ ਟਾਈਮ ਟੀਵੀ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਦਰਦੀ, ਨਾਭਾ ਰਸ ਦੀ ਮਹਾਰਾਣੀ ਪ੍ਰੀਤੀ ਸਿੰਘ ਮੌਜੂਦ ਰਹੇ। ਲਖਵਿੰਦਰ ਸਿੰਘ ਕਾਨੇਕੇ, ਜਸਵਿੰਦਰ ਸਿੰਘ ਵੱਲੋਂ ਆਏ ਹੋਏ ਪਤਵੰਤੇ ਸੱਜਣਾਂ ਦਾ ਸਵਾਗਤ ਅਤੇ ਸਨਮਾਨ ਕੀਤਾ ਗਿਆ। ਦਮਦਮੀ ਟਕਸਾਲ ਦੇ ਆਗੂ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਨੇ ਕਿਸਾਨਾਂ ਦੇ ਹੱਕਾਂ ਪ੍ਰਤੀ ਕੇਂਦਰ ਸਰਕਾਰ ਵੱਲੋਂ ਅਪਣਾਏ ਜਾ ਰਹੇ ਅੜੀਅਲ ਰਵੱਈਏ ਦੀ ਸਖ਼ਤ ਨਿਖੇਧੀ ਕਰਦਿਆਂ ਹਰਿਆਣਾ ਦੇ ਗੁਰਦੁਆਰਾ ਸਾਹਿਬਾਨ ਦੀਆਂ ਸਰਾਵਾਂ ਵਿੱਚ ਪੁਲਿਸ ਅਤੇ ਨੀਮ ਫੌਜੀ ਦਸਤਿਆਂ ਵੱਲੋਂ ਨਸ਼ਿਆਂ ਦਾ ਸੇਵਨ ਕਰਨ ਦੀਆਂ ਘਟਨਾਵਾਂ ਦੀ ਨਿਖੇਧੀ ਕੀਤੀ ਹੈ। ਉਹਨਾਂ ਕੇਂਦਰ ਸਰਕਾਰ ਨੂੰ ਦੇਸ਼ ਦੇ ਅੰਨਦਾਤੇ ਕਿਸਾਨੀ ਵਰਗ ਨੂੰ ਉਸਦੇ ਹੱਕ ਦੇਣ ਦੀ ਨਸੀਹਤ ਦਿੱਤੀ ਹੈ। ਪਿਛਲੇ ਦਿਨਾਂ ਤੋਂ ਜੋ ਕਿਸਾਨ ਮੋਰਚਾ ਚੱਲ ਰਿਹਾ ਹੈ, ਹਰਿਆਣੇ ਦੀ ਖੱਟਰ ਸਰਕਾਰ, ਸ਼ੰਭੂ ਬਾਰਡਰ 'ਤੇ ਸਰਕਾਰ ਨੇ ਜੋ ਬੈਰੀਅਰ ਲਾਏ ਨੇ ਦਿੱਲੀ ਜਾਣ ਵਾਸਤੇ ਰੋਕਣ ਲਈ, ਉਹਦੇ ਸੰਬੰਧ ਵਿੱਚ ਜਿਹੜੀ ਹਰਿਆਣੇ ਦੀ ਪੁਲਿਸ ਹੈ ਉਹ ਕਿਸਾਨਾਂ 'ਤੇ ਅਥਰੂ ਗੈਸ, ਪਲਾਸਟਿਕ ਦੀਆਂ ਗੋਲੀਆਂ, ਦੂਜੀਆਂ ਗੋਲੀਆਂ ਵੀ ਚਲਾ ਕੇ ਸਾਡੇ ਨੌਜਵਾਨਾਂ ਨੂੰ ਜ਼ਖਮੀ ਕਰ ਰਹੀ ਹੈ, ਫੱਟੜ ਕਰ ਰਹੀ ਹੈ।
ਲੇਕਿਨ ਦੂਜੇ ਬੰਨੇ ਦੁੱਖ ਦੀ ਗੱਲ ਇਹ ਹੈ ਵੀ ਉਸ ਪੁਲਿਸ ਹਰਿਆਣੇ ਨੂੰ ਜਾਂ ਆਰਮੀ ਨੂੰ ਸਿੱਖਾਂ ਦਾ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਅੱਠਵੇਂ ਪਾਤਸ਼ਾਹ ਦਾ ਪਵਿੱਤਰ ਅਸਥਾਨ ਜਿਹੜਾ ਉੱਥੇ ਖੱਟਰ ਦੀ ਜਿਹੜੀ ਇਹ ਆਰਮੀ ਆ ਹਰਿਆਣੇ ਦੀ ਪੁਲਿਸ ਹੈ ਉੱਥੋਂ ਦੀ ਹਰਿਆਣਾ ਕਮੇਟੀ ਗੁਰਦੁਆਰੇ ਦੇ ਪ੍ਰਬੰਧਕ ਉਹਨਾਂ ਨੂੰ ਕਮਰੇ ਦੇ ਕੇ ਉੱਥੇ ਰੱਖਿਆ ਹੋਇਆ ਅਤੇ ਉਹਨਾਂ ਕਮਰਿਆਂ 'ਚ ਸ਼ਰਾਬਾਂ ਖਵਾਬਾਂ ਰੋਟੀ ਪਾਣੀ ਲੰਗਰ ਸਾਰਾ ਗੁਰੂ ਘਰ ਉਹਦਾ ਚੱਲ ਰਿਹਾ ਅਤੇ ਉਹ ਕਮਰਿਆਂ 'ਚ ਸ਼ਰਾਬਾਂ ਖਵਾਬਾਂ ਵੀ ਵਰਤ ਰਹੇ ਨੇ। ਪਿਛਲੇ ਦਿਨ ਨੌਜਵਾਨਾਂ ਨੇ ਇਸ ਗੱਲ ਦਾ ਰੋਸ ਕੀਤਾ ਸੀ। ਮੈਂ ਸਮਝਦਾ ਵੀ ਬਹੁਤ ਮੰਦਭਾਗੀ ਗੱਲ ਹੈ ਹਰਿਆਣੇ ਦੀ ਜਿਹੜੀ ਸਾਡੀ ਸਿੱਖਾਂ ਦੀ ਕਮੇਟੀ ਹੈ, ਕਿਉਂਕਿ ਪਹਿਲਾਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕਰਨ ਵਾਸਤੇ ਹੀ ਇਹ ਕਮੇਟੀਆਂ ਬਣਾਈਆਂ ਗਈਆਂ ਅਤੇ ਬਣਾਉਣ ਵਾਲਿਆਂ 'ਚ ਵੀ ਖੱਟਰ ਦਾ ਬਹੁਤਾ ਯੋਗਦਾਨ ਰਿਹਾ। ਹਰ ਕਮੇਟੀ ਪ੍ਰਧਾਨ ਦੇ ਨਾਲ ਉਹ ਬੈਠਾ ਹੁੰਦਾ ਸੀ ਅਤੇ ਅੱਜ ਜਦੋਂ ਕਿਸਾਨਾਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਅਤੇ ਖੱਟਰ ਇੰਨੀ ਪੰਜਾਬ ਦੇ ਕਿਸਾਨਾਂ ਨਾਲ ਦੁਸ਼ਮਣੀ ਕਮਾ ਰਿਹਾ ਹੈ ਅਤੇ ਕਿਸ ਆਧਾਰ 'ਤੇ ਗੁਰਦੁਆਰੇ ਦੇ ਕਮਰੇ ਉਹਨਾਂ CRP ਨੂੰ ਜਾਂ ਹਰਿਆਣੇ ਪੁਲਿਸ ਨੂੰ ਖੋਲ੍ਹ ਕੇ ਦਿੱਤੇ ਹੋਏ ਨੇ ਅਤੇ ਲੰਗਰ ਦਾ ਪ੍ਰਬੰਧ ਸਾਰਾ ਕੀਤਾ ਜਾ ਰਿਹਾ ਹੈ। ਇਹ ਹਰਿਆਣਾ ਕਮੇਟੀ ਕੀ ਸਾਨੂੰ ਮਹਿਸੂਸ ਕਰਾਉਣਾ ਚਾਹੁੰਦੀ ਹੈ, ਕਿਸਾਨਾਂ ਨੂੰ ਕੀ ਦੱਸਣਾ ਚਾਹੁੰਦੀ ਹੈ? ਇਹ ਜਿਹੜੀ ਪਿਛਲੇ ਦਿਨਾਂ ਤੋਂ ਉੱਥੇ ਘਟਨਾ ਵਾਪਰੀ ਹੈ, ਮੈਂ ਸਮਝਦਾ ਵੀ ਬਹੁਤ ਮੰਦਭਾਗੀ ਹੈ। ਇਹ ਨਹੀਂ ਸੀ ਹੋਣਾ ਚਾਹੀਦਾ। ਹਰਿਆਣਾ ਕਮੇਟੀ ਨੂੰ ਘੱਟੋ ਘੱਟ ਇਹਨਾਂ ਗੱਲਾਂ ਤੋਂ ਸੰਕੋਚ ਕਰਦੇ ਹਾਂ। ਪੰਜਾਬ ਦੇ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ। ਸਮੁੱਚੇ ਹਰਿਆਣੇ ਦੇ ਕਿਸਾਨ, ਪੰਜਾਬ ਦੇ ਕਿਸਾਨ ਲੜ ਕੇ ਰਲ ਕੇ ਲੜਾਈ ਲੜ ਰਹੇ ਨੇ ਅਤੇ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ। ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਾਦੀਆਂ ਦੇ ਨਜ਼ਦੀਕ ਪਿੰਡ ਕਾਲਵਾਂ ਦੇ ਰਹਿਣ ਵਾਲੇ ਫੌਜੀ ਕਾਫਲ ਮਸੀਹ ਦੀ ਡਿਊਟੀ ਦੌਰਾਨ ਮੌਤ ਹੋ ਗਈ ਹੈ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਜੇਮਸ ਮਸੀਹ ਨੇ ਦੱਸਿਆ ਕਿ ਕਾਫਲ ਮਸੀਹ ਅੱਜ ਤੋਂ ਤਕਰੀਬਨ 20 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ ਅਤੇ ਸਿੱਖ ਮਸਾਮ ਵਿੱਚ ਆਪਣੀ ਡਿਊਟੀ 'ਤੇ ਤੈਨਾਤ ਸੀ। ਡਿਊਟੀ ਦੌਰਾਨ ਹੀ ਕਾਫਲ ਮਸੀਹ ਦੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ 3 ਬੱਚੇ ਛੱਡ ਗਿਆ। ਉਸਦੀ ਮ੍ਰਿਤਕ ਦੇ ਜਲਦ ਹੀ ਪਿੰਡ ਪਹੁੰਚੇਗੀ। ਮੇਰੇ ਜੀਜਾ ਜੀ ਸਨ, ਉਹ ਸਿੱਕਮ ਦੇ ਅਸਾਮ ਦੇ ਵਿੱਚ ਡਿਊਟੀ ਕਰਦੇ। ਉਹ ਕਹਿ ਰਹੇ ਹੁਣ ਕਿ ਮੈਂ ਆ ਕੇ ਬਦਲੀ ਮੇਰੀ ਹੋਣ ਵਾਲੀ ਆ, ਮੈਂ ਇੱਧਰ ਆ ਜਾਣਾ। ਇੱਧਰ ਆਉਂਦੇ ਆਉਂਦੇ ਫਿਰ ਸਾਨੂੰ ਕੱਲ੍ਹ ਅਸੀਂ, ਮੈਂ ਜਲੰਧਰ ਗਿਆ, ਕੱਲ੍ਹ ਉਹ ਦੀਦੀ ਦਾ ਫੋਨ ਆਇਆ ਵਾ, ਭਾਜੀ ਹੋਣਾ ਫੋਨ ਕੀਤਾ ਵਾ ਕਿ ਇੱਦਾਂ ਕਰਕੇ ਹੋ ਗਿਆ ਵਾ। ਸਾਡੀ ਮੰਮੀ ਨੂੰ ਫੋਨ ਕੀਤਾ ਵਾ, ਮੰਮੀ ਨੂੰ ਅਸੀਂ ਦੋਵੇਂ ਭਰਾ, ਮੈਂ ਤਾਂ ਸਨੀ, ਆਪਾਂ ਗੱਡੀ 'ਚ ਆਪਾਂ ਮੰਮੀ ਦੇ ਹੱਥੀ ਪੈ ਗਏ ਵੀ ਤੂੰ ਇਹ ਕਿੱਦਾਂ ਦੀ ਗੱਲ ਕਹਿਣ ਦੀ ਆ ਸਾਡੇ ਭਾਜੀ ਵੱਲੋਂ। ਫਿਰ ਅਸੀਂ ਕਨਫਰਮ ਜਦੋਂ ਭਾਜੀ ਹੋਣਾ ਨੂੰ ਫੋਨ ਕੀਤਾ, ਸਾਰਿਆਂ ਨੂੰ ਫੋਨ ਕੀਤਾ, ਫਿਰ ਅਸੀਂ ਰਾਤ ਹੀ ਕੱਲ੍ਹ ਦੌੜੇ ਆਏ। ਅਸੀਂ ਕੱਲ੍ਹ ਰਾਤ ਦੇ ਸਾਰੇ ਇੱਥੇ ਹੀ ਹਾਂ ਅਤੇ ਆਪਣੀ ਭੈਣ ਨੂੰ ਜਿਹੜੀ ਤਸੱਲੀ ਦੇਣ ਡੇ ਆ, ਪਰ ਤੁਹਾਨੂੰ ਪਤਾ ਸਾਡੀ ਜਿਹੜੀ ਭਨੇਵੀਂ ਉਹਨੂੰ ਦੰਦਲ ਪੈ ਗਈ, ਉਹਦੇ ਜਾ ਕੇ ਕਮਜ਼ੋਰੀ, BP ਘੱਟ ਗਿਆ ਸਾਰਾ। ਉਹਨੂੰ ਰਾਤੀ ਹਸਪਤਾਲ 11 ਵਜੇ ਭਾਜੀ ਵੈਬਲ ਨੇ ਖੜਿਆ, ਫਿਰ ਅਸੀਂ ਜਾ ਕੇ ਨਾਲ ਲੈ ਕੇ ਆਏ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਫਿਲਹਾਲ ਨਹੀਂ ਜਾਂਦਿਆਂ ਦੇ ਨਜ਼ਰ ਮਾਰਦੇ ਹਾਂ ਮੌਸਮ ਦੇ ਹਾਲ 'ਤੇ। ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ TV ਦੇ ਨਾਲ। ਧੰਨਵਾਦ।